ਮਲਵਿੰਦਰ ਸਿੰਘ ਕੰਗ ਸਟੂਡੈਂਟ ਵਿੰਗ ਤੋਂ ਬਣੇ ਨੇਤਾ ਐਮ ਪੀ ਬਣ ਚੁੱਕੇ ਨੇ। ਮਲਵਿੰਦਰ ਸਿੰਘ ਕੰਗ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ। ਉਹਨਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਹਰਾ ਦਿੱਤਾ। ਕਿੰਨੇ ਅੰਕੜਿਆਂ ਦੇ ਨਾਲ ਹਰਾਇਆ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ, ਪਰ ਮਲਵਿੰਦਰ ਸਿੰਘ ਕੰਗ ਨੇ ਜਿੱਤਣ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀਆਂ 3 ਸੀਟਾਂ 'ਤੇ ਕਬਜ਼ਾ ਹੋ ਚੁੱਕਾ। ਗੁਰਮੀਤ ਸਿੰਘ ਮੀਤੇਰ ਸੰਗਰੂਰ ਤੋਂ, ਡਾਕਟਰ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਅਤੇ ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ ਐਮ ਪੀ ਬਣ ਚੁੱਕੇ ਨੇ। 3 ਐਮ ਪੀ ਨੇ ਭਗਵੰਤ ਮਾਨ ਸਾਹਿਬ ਦੀ ਇੱਜ਼ਤ ਰੱਖ ਲਈ ਆ। ਮਲਵਿੰਦਰ ਸਿੰਘ ਕੰਗ ਨੇ, ਡਾਕਟਰ ਰਾਜ ਕੁਮਾਰ ਚੱਬੇਵਾਲ ਨੇ, ਮੀਤੇਰ ਨੇ ਅਤੇ ਮਲਵਿੰਦਰ ਸਿੰਘ ਕੰਗ ਜਿਹੜੇ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਨਹੀਂ ਸੀ, ਹੋਰ ਜ਼ਿਲ੍ਹੇ, ਲੇਕਿਨ ਉਹਨਾਂ ਨੇ ਜਦੋਂ ਇੱਥੇ ਕੰਮ ਕੀਤਾ, ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਸੀ, ਉਹਨਾਂ ਨੇ ਅਹੁਦਾ ਛੱਡ ਦਿੱਤਾ ਸੀ, ਕੁਰਸੀ ਨੂੰ ਲੱਤ ਮਾਰ ਦਿੱਤੀ ਸੀ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਸੀ ਉਦੋਂ ਉਹਨਾਂ ਨੇ ਬੀਜੇਪੀ ਨੂੰ ਛੱਡ ਦਿੱਤਾ ਹੈ, ਬਾਅਦ 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਉਹਨਾਂ ਨੂੰ ਮੁੱਖ ਬੁਲਾਰਾ ਬਣਾ ਦਿੰਦੀ ਆ, ਇਲੈਕਸ਼ਨ ਲੜੀ ਜਾਂਦੀ ਆ ਔਰ ਜਿੱਤ ਜਾਂਦੇ ਨੇ। ਮਲਵਿੰਦਰ ਸਿੰਘ ਕੰਗ ਹੋਣਾਂ ਨੇ ਕਿਹਨੂੰ ਦੂਜਾ ਕਿਹਨਾਂ ਵੋਟਾਂ ਦੇ ਨਾਲ ਕਿੰਨੇ ਫਰਕ ਦੇ ਨਾਲ ਰਾਇਆ, ਉਹ ਜਿਹੜੀ ਸਥਿਤੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਮਲਵਿੰਦਰ ਸਿੰਘ ਕੰਗ ਨੂੰ ਕੁੱਲ ਵੋਟਾਂ ਪਈਆਂ ਨੇ 3,11,016 ਵੋਟਾਂ ਅਤੇ 11,432 ਵੋਟਾਂ ਦੇ ਨਾਲ ਉਹ ਜਿੱਤਦੇ ਨੇ। ਹਾਲਾਂਕਿ ਫਰਕ ਘੱਟ ਆ, ਲੇਕਿਨ ਜਿੱਤ ਅਤੇ ਜਿੱਤ ਹੁੰਦੀ ਆ। ਉਹਨਾਂ ਨੇ ਵਿਜੇ ਇੰਦਰ ਸਿੰਗਲਾ, ਜਿਹੜੇ ਸੰਗਰੂਰ ਦੇ ਰਹਿਣ ਵਾਲੇ ਸੀ, ਉਹਨਾਂ ਨੇ ਇੱਥੇ ਆ ਕੇ ਇਲੈਕਸ਼ਨ ਲੜੀ। ਉਹਨਾਂ ਨੂੰ 2,99,584 ਵੋਟਾਂ ਪਈਆਂ ਨੇ, 11,432 ਵੋਟਾਂ ਦੇ ਨਾਲ ਹਾਰ ਜਾਂਦੇ ਨੇ ਵਿਜੇ ਇੰਦਰ ਸਿੰਗਲਾ। ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਚੋਣ ਜਿੱਤ ਜਾਂਦੇ। ਫਾਈਟ ਬੜੀ ਜ਼ਬਰਦਸਤ ਦਿੱਤੀ ਹੈ, ਜਿੱਥੇ ਮੀਤੇਰ ਕਾਫੀ ਵੱਡੀ ਲੀਡ ਤੋਂ ਜਿੱਤਦੇ ਨੇ, ਜਿਹੜੇ ਵਿਜੇਂਦਰ ਸਿੰਗਲਾ ਨੇ ਇਹ ਬੜੇ ਘੱਟ ਮਾਰਜਨ ਤੋਂ ਹਾਰੇ ਨੇ। ਤੁਹਾਨੂੰ ਕੀ ਲੱਗਦਾ, ਜਿਹੜੇ ਮਲਵਿੰਦਰ ਸਿੰਘ ਕੰਗ ਨੇ ਇਹਨਾਂ ਦੀ ਜਿਹੜੀ ਜਿੱਤ ਹੋਈ ਹੈ, ਅਸਲ ਕਾਰਨ ਕੀ? ਇੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਰੋਡ ਸ਼ੋਅ ਕੀਤਾ ਨਹੀਂ ਤੱਕ ਦੇ ਵਿੱਚ, ਹੋਰ ਤੁਸੀਂ ਜਿਹੜੇ ਬੈਕ ਹੈਂਡ ਦੇ ਸਾਰਿਆਂ ਜ਼ਿਆਦਾ ਕੰਮ ਕਿਹਨੇ ਕੀਤਾ? ਇਹ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ, ਜਿਹੜੇ ਸੰਗਰੂਰ ਮੀਤੇਰ ਦਾ ਫਰਕ, ਉੱਥੇ 4-4 ਮੰਤਰੀ ਸੀ, ਖੁਦ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ MLA, ਹਰਪਾਲ ਸਿੰਘ ਚੀਮਾ ਦਿੜਬੇ ਤੋਂ MLA, ਮੀਤੇਰ ਖੁਦ ਬਰਨਾਲੇ ਤੋਂ MLA ਮੰਤਰੀ, ਦੂਜਾ ਅਮਨ ਅਰੋੜਾ ਸੁਨਾਮ ਤੋਂ, ਉੱਥੇ 4 ਇੱਕ ਮੁੱਖ ਮੰਤਰੀ 3 ਮੰਤਰੀ, ਇਸ ਕਰਕੇ ਉੱਥੇ ਸਰਕਾਰ ਵੱਡੇ ਮਾਰਜਨ ਜਿੱਤ ਗਈ। ਇੱਥੇ ਮਲਵਿੰਦਰ ਸਿੰਘ ਕੰਗ, ਇੱਥੇ ਹਰਜੋਤ ਬੈਂਸ ਅਨੰਦਪੁਰ ਸਾਹਿਬ ਤੋਂ ਹੀ ਉਹਨਾਂ ਨੇ ਪੂਰੀ ਵਾਹ ਕੀਤੀ ਹੈ। ਜੈਕਿਸ਼ਨ ਅਰੋੜੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਨੇ, ਰਹੇ ਨੇ, ਇਸ ਕਰਕੇ ਇੱਥੇ ਉਨਾ ਜ਼ੋਰ ਨਹੀਂ ਲੱਗਾ। ਪਰ ਮੀਤੇਰ ਇੱਕ ਕੈਬਨਿਟ ਮੰਤਰੀ, ਉਹਦਾ ਵੀ ਇੱਕ ਪਲੱਸ ਪੁਆਇੰਟ ਹੁੰਦਾ ਨਾ, ਜਦੋਂ ਤੁਹਾਡੇ ਜਿੰਨੀਆਂ ਕਲਗੀਆਂ ਲੱਗਣੀਆਂ ਉਹਦਾ ਫਾਇਦਾ ਹੋ ਜਾਂਦਾ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ 3 ਸੀਟਾਂ ਆਮ ਆਦਮੀ ਪਾਰਟੀ ਜਿੱਤ ਚੁੱਕੀ ਨੇ। ਅਨੰਦਪੁਰ ਸਾਹਿਬ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਾਕੀ ਜਿਹੜੇ ਉਮੀਦਵਾਰ ਹੈ, ਬੀਜੇਪੀ ਦੇ ਉਮੀਦਵਾਰ ਨੇ ਡਾਕਟਰ ਸੁਭਾਸ਼ ਸ਼ਰਮਾ, ਉਹਨੂੰ ਕਿੰਨੀਆਂ ਵੋਟਾਂ ਪਈਆਂ ਨੇ? ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਿਹੜਾ ਜਸਬੀਰ ਸਿੰਘ ਗੜੀ, ਉਹਨੂੰ ਕਿੰਨੀਆਂ ਪਈਆਂ ਨੇ ਵੋਟਾਂ? ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ, ਉਹਨੂੰ ਕਿੰਨੀਆਂ ਵੋਟਾਂ ਪਈਆਂ? ਅਨੰਦਪੁਰ ਸਾਹਿਬ ਦੇ ਜਿਹੜੇ 5 ਕੈਂਡੀਡੇਟ, ਉਹਨਾਂ ਦੇ ਅੰਕੜੇ ਵੀ ਦੱਸਾਂਗੇ। ਫਿਲਹਾਲ ਅਸੀਂ ਮਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਜੇਤੂ ਕਰਾਰ ਦਿੱਤੇ ਗਏ ਨੇ ਚੋਣ ਕਮਿਸ਼ਨ ਵੱਲੋਂ। 11,432 ਵੋਟਾਂ ਦੇ ਨਾਲ ਉਹ ਚੋਣ ਜਿੱਤ ਗਏ ਨੇ। ਪਹਿਲੀ ਵਾਰ ਇਲੈਕਸ਼ਨ ਲੜੀ ਜ਼ਿੰਦਗੀ ਦੀ, ਪਹਿਲੀ ਵਾਰ ਐਮ ਪੀ ਬਣੇ ਨੇ ਮਲਵਿੰਦਰ ਸਿੰਘ ਕੰਗ, ਅਨੰਦਪੁਰ ਸਾਹਿਬ ਤੋਂ ਐਮ ਪੀ। ਮਲਵਿੰਦਰ ਸਿੰਘ ਕੰਗ ਨੂੰ ਵਧਾਈਆਂ, ਅਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਵੀ ਵਧਾਈਆਂ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣਾ ਐਮ ਪੀ ਚੋਲਿਆ। ਲਾਜ਼ਮੀ ਤੌਰ 'ਤੇ ਮਲਵਿੰਦਰ ਸਿੰਘ ਕੰਗ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ।